ਇਹ ਹੈ ਜੀ ਪੰਜ ਪਿਆਰਾ ਪਾਰਕ ਅਨੰਦਪੁਰ ਸਾਹਿਬ ਦੇ ਵਿੱਚ। ਅੱਜ ਆਪਾਂ ਇੱਥੇ ਚੱਲਦੇ ਹਾਂ, ਦੇਖਦੇ ਹਾਂ ਕੀ ਕੁਛ ਇੱਥੇ ਖਾਸ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ। ਚੱਲੀ ਨਹੀਂ ਹੈ ਜੀ? ਹਾਂਜੀ ਚਲੋ ਜੀ। ਇੱਥੇ ਦੇਖੋ ਲਿਖਿਆ ਬਕਾਇਦਾ ਨੋ ਸਮੋਕਿੰਗ, ਠੀਕ ਹੈ ਜੀ। ਔਰ ਨਾਲ ਕੁੱਤੇ ਲੈ ਕੇ ਜਾਣਾ ਵੀ ਮਨਾ ਹੈ, ਡੋਗਸ ਵੀ ਅਲਾਊ ਨਹੀਂ। ਪਾਰਕ ਦੇ ਵਿੱਚ ਬਹੁਤ ਹੀ ਖੂਬਸੂਰਤ ਇੱਕ ਖੰਡਾ ਬਣਿਆ ਹੋਇਆ ਜੋ ਕਿ ਬਹੁਤ ਹੀ ਪਿਆਰਾ ਲੱਗਦਾ ਜੀ। ਧੁੱਪ ਬੜੀ ਤੇਜ਼ ਪੈ ਰਹੀ ਹੈ ਔਰ ਪਾਰਕ ਖੂਬਸੂਰਤ ਬਹੁਤ ਹੈ। ਸਹੀ ਗੱਲ ਹੈ। ਸੋ ਇੱਥੇ ਜੀ ਛੋਟੇ ਬੱਚਿਆਂ ਲਈ ਹੀ ਖੇਡਣ ਲਈ ਝੂਲੇ ਵੀ ਨੇਗੇ, ਦੇਖੋ ਫੁੱਲ ਇੰਜੋਇਮੈਂਟ ਚੱਲ ਰਿਹਾ। ਹਾਂਜੀ, ਔਰ ਇੱਥੇ ਹੈ ਆ ਗਿਆ ਜੀ ਸਾਡਾ ਮਾਨ ਸ਼੍ਰੀ ਅਨੰਦਪੁਰ ਸਾਹਿਬ, ਔਰ ਇੱਥੇ ਪੀਣ ਦੇ ਪਾਣੀ ਦੇ ਪ੍ਰਬੰਧ ਵੀ ਉਸ ਪਾਸੇ ਉਸ ਸਾਈਡ ਹੈਗਾ ਜੀ ਪੀਣ ਵਾਲਾ ਪਾਣੀ, ਤੇ ਬਹੁਤ ਹੀ ਖੁੱਲਾ ਡੁੱਲਾ ਪਾਰਕ ਹੈਗਾ ਇਹ। ਸਫਾਈ ਦਾ ਬਹੁਤ ਧਿਆਨ ਰੱਖਿਆ ਗਿਆ ਹੈਗਾ, ਸਾਰੇ ਪਾਸੇ ਸਫਾਈ ਹੀ ਸਫਾਈ ਹੁਣ ਨਜ਼ਰ ਆ ਰਹੀ ਹੋਏਗੀ, ਤੇ ਬਹੁਤ ਵੰਡਰਫੁਲ ਜਿਹਾ ਵਿਊ ਇੱਥੇ ਆ ਕੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਪਾਰਕ ਬਹੁਤ ਜ਼ਿਆਦਾ ਵੱਡਾ ਵੀ ਨਹੀਂ ਹੈ, ਹਾਂਜੀ ਬਹੁਤ ਜ਼ਿਆਦਾ ਛੋਟਾ ਵੀ ਨਹੀਂ ਹੈ, ਬਟ ਸਫਾਈ ਬਹੁਤ ਹੈ, ਖੂਬਸੂਰਤ ਬਹੁਤ ਹੈਗਾ, ਖੂਬਸੂਰਤ। ਤੇ ਉਸ ਸਾਈਡ ਚੱਲਦੇ ਆ ਜੀ, ਇੱਕ ਮੈਨੂੰ ਉਹ ਲੋਕੇਸ਼ਨ ਦਿਖ ਰਹੀ ਹੈ ਜੋ ਕਿ ਬਹੁਤ ਹੀ ਪਿਆਰੀ ਲੱਗ ਰਹੀ ਹੈ ਦੂਰੋਂ। ਚਲੋ ਜੀ ਗੋ ਨੇਹਾ ਗੋ। ਜਿਵੇਂ ਗਿਰ ਗਈ ਵੈਸੇ, ਆਈ ਛੋਟੇ ਛੋਟੇ ਜਵਾਕ ਨਹੀਂ ਗਿਰੇ ਉਹ ਤਾਂ ਫਿਰ ਛੋਟੇ ਨੇਗੇ ਨਾ। ਚਲੋ ਜਸ ਟਰਾਈ ਕਰਕੇ ਦੇਖੋ। ਇੱਧਰੋਂ ਆ ਗਿਆ, ਆ ਜਾਏਂਗੀ ਜਵਾਕੜੀ। ਚਲ ਆ ਜਾਓ। ਔਰ ਉਸ ਪਾਸੇ ਬੈਠਣ ਦੇ ਲਈ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ, ਆਪਾਂ ਉਹ ਵੀ ਚੱਲ ਕੇ ਦੇਖਦੇ ਹਾਂ। ਸੋ ਇੱਥੇ ਬੱਚਿਆਂ ਦੇ ਲਈ ਝੂਲੇ ਨੇ, ਆਓ ਚਲੀਏ। ਸੋ ਇੱਥੇ ਬੈਠਣ ਲਈ ਇੱਕ ਬਹੁਤ ਹੀ ਖੂਬਸੂਰਤ ਜਿਹਾ ਵਿਊ ਕ੍ਰੀਏਟ ਕਰਿਆ ਗਿਆ ਗਾ, ਦੇਖੋ ਨਾਲ ਧੁੱਪ ਤੋਂ ਬਚਣ ਲਈ। ਮਤਲਬ ਕਿ ਰਾਤ ਨੂੰ ਵੀ ਓਪਨ ਹੁੰਦਾ ਹੋਏਗਾ। ਹਾਂ, ਔਰ ਇਹ ਸਾਰਾ ਤੁਸੀਂ ਦੇਖੋ ਲੱਕੜ ਦਾ ਜੁਗਾੜ ਬਣਾਇਆ ਹੋਇਆ, ਬਾਂਸ ਲਾ ਕੇ। ਬਿਲਕੁਲ ਜੀ, ਸਾਰਾ ਜਿਹੜਾ ਤਿਆਰ ਕੀਤਾ ਗਿਆ ਸਭ ਬਾਂਸ ਤੋਂ ਤਿਆਰ ਕੀਤਾ ਗਿਆ, ਜੋ ਕਿ ਦੇਖਣ 'ਚ ਬਹੁਤ ਹੀ ਖੂਬਸੂਰਤ ਲੱਗਦਾ। ਹਾਂਜੀ, ਇਸ ਸਾਈਡ ਚੱਲ ਰਹੀ ਆ ਜੀ ਸਫਾਈ, ਆ ਦੇਖੋ। ਤੇ ਹੁਣ ਆਪਾਂ ਵਾਪਸ ਇੱਧਰ ਨੂੰ ਹੀ ਚੱਲਾਂਗੇ ਅਤੇ ਪਾਣੀ ਪੀਵਾਂਗੇ, ਫਿਰ ਬਾਹਰ ਨੂੰ ਜਾਵਾਂਗੇ। ਅਤੇ ਹੁਣ ਆਪਾਂ ਜਾਵਾਂਗੇ ਸਾਹਮਣੇ ਜਿੱਥੇ ਕਿ ਪੀਣ ਵਾਲਾ ਪਾਣੀ ਹੈਗਾ, ਫਿਰ ਉੱਥੋਂ ਹੁੰਦੇ ਹੋਏ ਆਪਾਂ ਵਾਪਸ ਜਾਵਾਂਗੇ ਜੀ ਬਾਹਰ। ਨਹੀਂ ਉਹ ਵੀ ਫਿਰ ਦਿਖਾਉਣਾ ਨਾ। ਸੋ ਚਲੋ ਜੀ ਹੁਣ ਪੀਨੇ ਆ ਪਾਣੀ, ਉਹ ਸਾਹਮਣੇ ਆ ਜੀ ਪਾਣੀ ਦੇਖੋ। ਅੱਛਾ ਇੱਕ ਗੱਲ ਹੋਰ, ਜਗ੍ਹਾ ਦਾ ਡਸਟਬਿਨ ਲੱਗੇ ਹੋਏ ਨੇ। ਹਾਂਜੀ ਇਹ ਤਾਂ ਹੈ, ਸਾਰੇ ਪਾਰਕ 'ਚ ਬਹੁਤ ਸਾਰੇ ਡਸਟਬਿਨ ਨੇ ਜਿਹੜੇ ਉਹ ਲੱਗੇ ਹੋਏ ਨੇ। ਔਰ ਆਈ ਥਿੰਕ ਲਾਈਟਿੰਗ ਹੋਏਗੀ, ਲਾਈਟਿੰਗ ਐਂਡ ਮਿਊਜ਼ਿਕ ਵਗੈਰਾ ਹੋਏਗਾ, ਕਿਉਂਕਿ ਇੱਥੇ ਜਿੱਥੇ ਵੀ ਪਾਰਕ ਵਗੈਰਾ ਜਾਂ ਮਿਊਜ਼ੀਅਮ ਵਗੈਰਾ ਨੇ ਉੱਥੇ ਲਾਈਟਿੰਗ ਅਤੇ ਮਿਊਜ਼ਿਕ ਆ ਨੋਰਮਲੀ ਹੈਗਾ ਜੀ।
ਇਸ ਪਾਸੇ ਹੈ ਜੀ ਪੀਣ ਵਾਲਾ ਪਾਣੀ ਜੋ ਕਿ ਆਪਾਂ ਪੀ ਚੁੱਕੇ ਹਾਂ, ਠੰਡਾ ਠੰਡਾ ਪਾਣੀ, ਠੰਡਾ ਠੰਡਾ ਕੂਲ ਕੂਲ। ਸੋ ਇਹ ਸੀ ਜੀ ਪੰਜ ਪਿਆਰਾ ਪਾਰਕ ਅਨੰਦਪੁਰ ਸਾਹਿਬ। ਅਗਰ ਤੁਸੀਂ ਅਨੰਦਪੁਰ ਸਾਹਿਬ ਆਉਂਦੇ ਹੋ ਤਾਂ ਇੱਕ ਵਾਰ ਇੱਥੇ ਵੀ ਜ਼ਰੂਰ ਵਿਜ਼ਿਟ ਕਰਿਓ। ਬਹੁਤ ਹੀ ਵਧੀਆ ਅਤੇ ਸ਼ਾਂਤ ਅਤੇ ਪਿਆਰਾ ਪਾਰਕ ਹੈਗਾ ਤੁਹਾਨੂੰ ਦੇਖ ਕੇ। ਮਤਲਬ ਕਿ ਜਿਵੇਂ ਇੱਕ ਪਾਰਕ ਪਰਕਿਆ ਦੇਖਣ ਨੂੰ ਮਿਲਦਾ ਨਾ, ਹੱਲਾ ਗੁੱਲਾ ਪਾ ਰਹੇ ਹੁੰਦੇ ਨੇ, ਉਹ ਚੀਜ਼ ਇੱਥੇ ਨਹੀਂ ਹੈ। ਸ਼ਾਂਤੀ ਆ, ਪੂਰੀ ਸ਼ਾਂਤੀ ਆ। ਮਤਲਬ ਕਿ ਦੁਪਹਿਰ ਦਾ ਟਾਈਮ ਆ, ਇਸ ਟਾਈਮ ਵੀ ਇੰਨੀ ਭੀੜ ਹੈਗੀ, ਬਟ ਬਿਲਕੁਲ ਵੀ ਇੱਦਾਂ ਲੱਗ ਨਹੀਂ ਰਿਹਾ ਹੈਗਾ ਵੀ ਇੰਨੇ ਲੋਕ ਇੱਥੇ ਹੈਗੇ ਨੇ। ਪਹਿਲੀ ਗੱਲ ਮਤਲਬ ਕਿ ਬਹੁਤ ਜ਼ਿਆਦਾ ਸ਼ਾਂਤੀ ਆ। ਅਗਰ ਤੁਸੀਂ ਆਉਂਦੇ ਹੋ ਅਨੰਦਪੁਰ ਸਾਹਿਬ ਤਾਂ ਪਲੀਜ਼ ਇੱਕ ਵਾਰ ਇੱਥੇ ਜ਼ਰੂਰ ਆਇਓ। ਸੋ ਅੱਜ ਦੀ ਵੀਡੀਓ 'ਚ ਇੰਨਾ ਹੀ, ਮਿਲਾਂਗੇ ਜੀ ਨੈਕਸਟ ਵੀਡੀਓ ਵਿੱਚ।